ਗੁੱਡ ਮਾਰਨਿੰਗ ਟੂ ਆਲ ਮਾਘੀ ਵਾਲਾ ਦਿਨ ਤੇ ਫਿਰ ਚੜ ਗਏ ਕੋਠੇ ਤੇ ਚੰਨ ਭਾਈ ਹੋਣਾ ਦੇ ਚੰਨ ਭਾਈ ਦੇ ਸਾਰੇ ਗੁੱਡੀਆਂ ਡੋਣ ਲੱਗੇ ਹੋਏ ਨੇ ਪੂਰੇ ਸਾਰੇ ਦੂਜੇ ਹੋਏ ਨੇ ਬਸ ਕਰ ਅਸ ਕਰੋ ਬਸ ਕਰੋ ਕਿੰਨੀਆਂ ਕੁ ਡੋਣੇ ਖਿੰਚ ਨਾ ਕਰ ਕੁਝ ਨੀ ਕੀਤਾ ਜੇ ਚਾਰ ਪੰਜ ਜਣੇ ਉਹ ਉੱਧਰ ਚੜੇ ਕੋਠੇ ਤੇ ਗੁੱਡੀਆਂ ਪੂਰੀਆਂ ਉੱਡ ਰਹੀਆਂ ਨੇ ਹਵਾ ਵੀ ਅੱਜ ਠੀਕ ਠਾਕ ਆ ਸੋ ਅੱਜ ਫਿਰ ਬਚੀਆਂ ਗੁੱਡੀਆਂ ਕੁਛ ਅੱਧੀਆਂ ਗੁੱਡੀਆਂ ਬਚ ਗਈਆਂ ਹਾਲੇ ਉਹ ਦੇਖੋ ਜਿਸਨੇ ਮੀਆਂ ਹੋਰ ਪਈਆਂ ਨਾ ਇਹ ਆਹੋ ਤੇ ਵੱਡੇ ਤਿੰਨ ਚਾਰ ਗੁੱਡੇ ਹੋਰ ਪਏ ਨੇ ਉਹ ਵੀ ਉਡਾਵਾਂਗੇ ਅੱਜ ਸੋ ਅੱਜ ਦਾ ਦਿਨ ਘੈਂਟ ਜਾਊ ਮੇਰੇ ਖਿਆਲ ਨਾਲ ਕਿਉਂਕਿ ਧੁੱਪ ਵੀ ਪੂਰੀ ਆ ਤੇ ਹਵਾ ਵੀ ਘੈਂਟ ਆ ਆ ਜਾਓ Order food on the Zomato app and get up to 50% off all January. ਗਿਣਤੀ ਦੇ 10 ਵੱਡੇ ਗੁੱਡੇ ਲਿਆਂਦੇ ਉਹਦੇ ਵਿੱਚੋਂ 9 ਫਾੜ ਗਏ ਇੱਕ ਹੀ ਮਾਂ ਹੈ ਨਾ ਹਰਸ਼ ਨਹੀਂ ਟ੍ਰੈਂਡੀ ਵਾਲਾ ਬਿਲਕੁਲ ਸਹੀ ਰਿਹਾ ਟ੍ਰੈਂਡੀ ਤੇਰਾ ਨਹੀਂ ਫੜਿਆ ਹੈਨਾ ਤੇਰਾ ਹੀ ਫੜਿਆ ਮੇਰਾ ਵੀ ਮੇਰਾ ਗੁੱਡੇ ਫੜੇ ਉਹ ਤਿੰਨ ਗੁੱਡੇ ਨੇ ਹੋਰ ਨਹੀਂ ਪਾਸ ਕਰਨ ਨਹੀਂ ਕੋਠੇ ਦੇ ਕੋਠੇ ਉਹ ਕੰਜਰ ਦੇ ਪਾੜ ਤੇ ਉਹ ਜੁੜਨੇ ਫਰਮਾਨ ਓਏ ਚੰਗੀ ਤਰ੍ਹਾਂ ਜੁੜੀ ਸਲੂਟ ਹੈ ਤੈਨੂੰ ਗੁੱਡੇ ਪਾਸ ਕਰ ਪਾੜ ਕੇ ਦਿੰਦੇ ਪਾੜਨ ਤੇ ਗੁੱਡੇ ਬਣਾ ਕੇ ਬੈਠੇ ਥੱਲੇ ਆ ਜੁੜ ਗਿਆ ਵਾ ਇਹਦੀ ਗਲਤੀ ਨੇ ਇਹਦੀ ਗਲਤੀ ਨੇ ਹਮੇਸ਼ਾ ਫੜਦੇ ਗੁੱਡੇ ਇੱਧਰ ਮੂੰਹ ਕਰੀਏ ਉਹ ਭਰਾਵਾ ਮੈਂ ਨਹੀਂ ਪੜੇ ਗਲਤੀ ਦੋਨਾਂ ਦੀ ਇੱਧਰ ਕਰੀ
ਓਵਰਆਲ ਵੀ ਕਹਿੰਦੀ ਕਹਿੰਦੀ ਗਲਤੀ ਤੇਰੀ ਹੈ। ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਗੁੱਡਾ ਸਾਡਾ ਵਾੜ ਗਿਆ ਹੋਇਆ ਵੱਡਾ ਆਪਣਾ ਇੱਧਰ ਤੂੰ ਲੈ ਲਾ ਬਾਂਦਰ ਜਿਹਾ ਕਰਦਾ ਕੀ ਮੈਂ ਵਾੜਿਆ ਟ੍ਰੈਂਡੀ ਨੇ ਵਾੜਿਆ ਉਹਨੂੰ ਲੈ ਜਾ ਕੇ ਕੋਠੇ ਦੇ ਚੜਾਉਣ ਨਹੀਂ ਰੈਂਡੀ ਦੋਵਾਂ ਨੇ ਤੇਰੀ ਗਲਤੀ ਹੈ ਨਾ ਹਵਾ ਦੀ ਗਲਤੀ ਹੈ ਤੂੰ ਕੀ ਬੋਲਦਾ ਵੇ ਹਵਾ ਦੀ ਗਲਤੀ ਸਾਡੀ ਗਲਤੀ ਹੈ ਰੈਂਡੀ ਜਜ਼ਬਾਤਾਂ ਤੇ ਕਾਬੂ ਰੱਖ ਮੇਰੇ ਵੀਰ ਇਹਦੀ ਸਲਾਹ ਵੇਖ ਲਓ ਇਹਦੀ ਸਲਾਹ ਵੇਖ ਲਓ ਕਹਿੰਦਾ ਤੀਲੇ ਰੱਖ ਲਓ ਗੁੱਡਾ ਬਣਾ ਲਾਂਗੇ 30 ਰੁਪਏ ਦਾ ਹੁਣ ਕਿਹਨੇ ਡੋਣਾ ਡਾਲਾ ਭਰਾ ਤੂੰ ਡਾਲਾ ਲਿਆ ਆਪਣਾ ਆਹਲਾ ਡਾਲਾ ਥੋੜੀ ਆਹਲਾ ਆਹਲਾ ਬਣਾ ਲਾ ਗੁੱਡਾ ਕਿੱਡਾ ਬਣਦੀ ਹੁਣ ਯਾਰ ਵਿਊਜ਼ ਨਹੀਂ ਕਰਨਾ ਮਜ਼ਾਕ ਕਰਨਾ ਵੀਰੇ ਲੋਕ ਖਰਾਬ ਹੁੰਦਾ ਇੱਦਾਂ ਯਾਰ ਗੰਦੀਆਂ ਗੱਲਾਂ ਕਰਦੇ ਮੈਂ ਸ਼ਰੀਫ ਬੱਚਾ ਗੰਦੇ ਬੱਚੇ ਗੰਦੀ ਗੱਲ ਕੀਤੀ ਇਹਨੇ ਬਾਕੀ ਮੌਸਮ ਬਹੁਤ ਘੈਂਟ ਹੋ ਗਿਆ ਹੋਇਆ ਉਹ ਦੇਖ ਸਕਦੇ ਤੁਸੀਂ ਪੂਰਾ ਸੂਰਜ ਚੜ ਗਿਆ ਹੋਇਆ ਫੇਸ ਥੋੜ੍ਹਾ ਕਾਲਾ ਕਾਲਾ ਆ ਰਿਹਾ ਇਸ ਲਈ ਕਿਉਂਕਿ ਧੁੱਪ ਚਲ ਗਈ ਹੋਈ ਆ ਉਹ ਮਾੜੀ ਗੁੱਡੀ ਪੂਰੇ ਢਲ ਗਿਆ ਪਰ ਗੁੱਡੀਆਂ ਹਾਲੇ ਤੱਕ ਆਹ ਦੇਖ ਲਓ ਲੋਕਾਂ ਦੀ ਹਾਲਤ ਸਬਰ ਕਰਨਾ 2 ਮਿੰਟ ਬੋਲਣ ਦੇ ਅਤੇ ਦੇਣ ਢਲ ਗਿਆ ਗੁੱਡੀਆਂ ਥੋੜ੍ਹੀਆਂ ਰਹਿ ਗਈਆਂ ਪਰ ਹਜੇ ਵੀ ਡਾਉਣ 'ਤੇ ਲੱਗੇ ਹੋਏ ਅਤੇ ਹੋਪ ਯੂ ਇੰਜੋਏ ਦਿਸ ਵੀਡੀਓ ਅਤੇ ਮਿਲਦੇ ਹਾਂ ਬਾਏ ਗੱਲ ਕਰਦੇ ਨਾ ਮਿਲਦੇ ਅਗਲੇ ਵਲੌਗ 'ਤੇ ਬਾਬਾ ਟੇਕ ਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।